ਸਦੀਆਂ ਤੋਂ ਸ਼ਰਾਬ ਝੇਲ ਰਿਹਾ ਸਿੱਖ ਰਾਜ ਦਾ ਬਰਾਨ ਮਹਿਲ, ਮਹਿਲ ਦੇ ਨਾਲ ਨਾਲ ਉੱਜੜਿਆ 2700 ਘਰਾਂ ਵਾਲਾ ਪਿੰਡ, ਰਾਜੇ ਦਾ ਵੰਸ਼ ਅੱਜ ਵੀ ਹੁਸ਼ਿਆਰਪੁਰ ਵਿੱਚ ਮੌਜੂਦ। ਰਾਜੇ ਅੱਜ ਵੀ ਇੱਥੇ ਆਉਂਦੇ ਜਾਂਦੇ ਨੇ ਹੁਸ਼ਿਆਰਪੁਰ ਪਹਾੜਾ ਪਿੰਡ ਜੀ 2700 ਘਰ ਦਾ ਇੱਥੇ 800 ਦੁਕਾਨ ਸੀ ਜੀ, ਇਹਨਾਂ ਨੂੰ ਕੁਛ ਸ਼ਰਾਬ ਦੇ ਗਿਆ ਉੱਦਾਂ ਉੱਜੜ ਗਏ ਸੀ, ਪਹਿਲਾਂ ਉੱਜੜ ਗਏ ਸੀ ਸਾਫ ਮੁੱਕ ਹੀ ਗਿਆ ਤਾਂ ਲੇਖਾ। ਠੀਕ ਹੈ ਜੀ, ਆਪਾਂ ਹੁਣ ਇਹ ਹੈ ਬਹੁਤ ਰੱਬ ਦਾ ਸ਼ੁਕਰ ਹੈ, ਮਨ ਸਾਡਾ ਖੁਸ਼ ਹੈ ਕਿ ਹਰ ਕੇ ਫਿਰ ਲੱਪੇ ਲੋਕ ਬਸਣ, ਰੱਬ ਜੀ ਰਜਾ ਦੀ ਜਿਹੜੀ ਗੱਲ ਆ ਜਾਏ ਨਾ ਉਹਨੂੰ ਰੋਕ ਕੋਈ ਨਹੀਂ ਸਕਦਾ। ਇੰਨੀ ਸੁੰਦਰ ਜਗ੍ਹਾ 'ਚ ਹਰ ਕੋਈ ਰਹਿਣਾ ਚਾਹੁੰਦਾ, ਹਵਾ ਇੱਦਾਂ ਦੀ ਹੈ ਨਾ ਇੱਥੇ, ਕੋਈ ਪੱਖੇ ਦੀ ਲੋੜ ਨਹੀਂ। ਸਵਰਗ 'ਚ ਰਹਿੰਦੇ ਤੁਸੀਂ? ਸਵਰਗ 'ਚ ਹੀ ਰਹਿੰਦੇ, ਦਿਲ ਲੱਗਦਾ ਪੂਰਾ ਜੀ ਬਹੁਤ ਅੱਛਾ ਅਣ ਹੁੰਦਾ ਰਾਜੇ ਦੇ ਰਿਆਸ ਨਾਲ ਦਿਲ ਨਾਲ ਲੱਗਾ। ਮਹਾਰਾਜਾ ਰਣਜੀਤ ਸਿੰਘ ਦਾ ਵੀ ਰਿਹਾ ਇੱਥੇ ਕਾਫੀ ਟਾਈਮ, PV7 ਰਾਈਡਰ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਨਮਸਤੇ, ਰਾਮ ਰਾਮ। ਮੈਂ ਹਾਂ ਤੁਹਾਡਾ ਆਪਣਾ ਦੋਸਤ ਅੰਮ੍ਰਿਤਪਾਲ, ਤੁਹਾਡੇ ਆਪਣੇ ਚੈਨਲ 'ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ। ਅੱਜ ਅਸੀਂ ਤੁਹਾਨੂੰ ਫਿਰ ਦੁਬਾਰਾ ਪੰਜਾਬ ਦੇ ਹੁਸ਼ਿਆਰਪੁਰ ਤੋਂ 60 ਕਿਲੋਮੀਟਰ ਦੂਰ ਹਿਮਾਚਲ ਦੇ ਵਿੱਚ ਲਵਾਰਸ ਸਿੱਖਾਂ ਦਾ ਕਿਲ੍ਹਾ ਆ, ਜਿਹੜਾ ਖਤਰਨਾਕ ਜੰਗਲਾਂ ਦੇ ਵਿੱਚ ਆ, ਬਰਾਨ ਪਿਆ ਹੋਇਆ ਆ। ਕਹਿੰਦੇ ਇਸ ਕਿਲ੍ਹੇ ਰਾਹੀਂ ਜੇ ਤੁਸੀਂ ਗੂਗਲ ਮੈਪ ਰਾਹੀਂ ਵੀ ਆਉਂਦੇ ਹਾਂ ਤਾਂ ਤੁਹਾਨੂੰ ਰਸਤਾ ਬਹੁਤ ਮੁਸ਼ਕਲ ਨਾਲ ਲੱਭਣਾ ਪੈਣਾ ਆ। ਚਲੋ ਹੁਣ ਚੱਲਦੇ ਹਾਂ, ਇਸ ਜੰਗਲਾਂ ਦੇ ਵਿੱਚ ਸਾਨੂੰ ਵੀ ਬਹੁਤ ਸਾਵਧਾਨੀ ਨਾਲ ਜਾਣਾ ਪੈਣਾ ਆ। ਅਸੀਂ ਹੁਣ ਰਾਜਪੁਰ ਜਸਵਾਨ ਪਿੰਡ ਵੱਲ ਨੂੰ ਰਵਾਨਾ ਹੋ ਗਏ ਹਾਂ, ਜਿਸ ਪਿੰਡ ਦੀ ਪਹਾੜੀ ਉੱਪਰ ਬਰਾਨ ਮਹਿਲ ਆ। ਪਿੰਡ ਵੱਲ ਨੂੰ ਜਾਂਦਾ ਰਸਤਾ ਦੇਖ ਹਰ ਕੋਈ ਸੋਚਣ ਨੂੰ ਮਜਬੂਰ ਹੋ ਜਾਏਗਾ, ਇੰਨੀ ਉੱਚੀ ਪਹਾੜੀ ਉੱਪਰ ਪਿੰਡ ਕਿਸ ਤਰ੍ਹਾਂ ਵਸਿਆ ਹੋਏਗਾ। ਰਸਤਾ ਦੇਖ ਹਰ ਕੋਈ ਡਰ ਮਹਿਸੂਸ ਕਰੇਗਾ। ਹੁਣ ਮੈਂ ਤੁਹਾਨੂੰ ਪਿੰਡ ਦੀ ਪਹਿਲਾਂ ਪ੍ਰੋਪਰ ਲੋਕੇਸ਼ਨ ਦੱਸ ਦਿੰਦਾ ਹਾਂ, ਜਿੱਥੇ ਮਹਿਲ ਆ। ਤੁਸੀਂ ਹੁਸ਼ਿਆਰਪੁਰ ਤੋਂ ਪਹਿਲਾਂ ਅੰਬ ਚੱਲ ਜਾਣਾ ਆ, ਅੰਬ ਤੋਂ ਤੁਸੀਂ ਨਦੌਨ ਰੋਡ ਹੋ ਜਾਣਾ ਆ, 10 ਕਿਲੋਮੀਟਰ ਅੱਗੇ ਜਾ ਕੇ ਖੱਬੇ ਹੱਥ ਪਿੰਡ ਰਾਜਪੁਰ ਜਸਵਾਨ ਦਾ ਬੋਰਡ ਆਉਂਦਾ ਆ। ਪਿੰਡ ਵਿੱਚ ਪਹੁੰਚ ਕੇ ਤੁਸੀਂ ਲੋਕਾਂ ਦੀ ਸਹਾਇਤਾ ਨਾਲ ਕਿਲ੍ਹੇ ਤੱਕ ਪਹੁੰਚ ਸਕਦੇ ਹਾਂ। ਅਸੀਂ ਪਿੰਡ ਜਸਵਾਨ ਡੇਰੀਆਂ ਪਹੁੰਚ ਗਏ ਹਾਂ, ਗੱਡੀ ਇੱਥੇ ਤੱਕ ਹੀ ਆਉਂਦੀ ਆ ਅਤੇ ਅਸੀਂ ਪਾਰਕ ਕਰਤੀ ਆ, ਅਤੇ ਹੁਣ ਸਾਨੂੰ ਪਹਾੜੀਆਂ ਦੇ ਉੱਤੇ ਚੜ੍ਹ ਕੇ ਜੰਗਲਾਂ ਨੂੰ ਕ੍ਰੋਸ ਕਰਦੇ ਉਸ ਕਿਲ੍ਹੇ ਤੱਕ ਪਹੁੰਚਣਾ ਪੈਣਾ ਆ। ਕਾਫੀ ਤੁਸੀਂ ਲਾ ਲਓ ਇਹ ਲੰਬਾ ਟਰੈਕ ਆ। ਚਲੋ ਹੁਣ ਚੱਲਦੇ ਹਾਂ, ਰਸਤੇ ਦੇ ਸੋਹਣੇ ਸੋਹਣੇ ਤੁਹਾਨੂੰ ਦ੍ਰਿਸ਼ ਦਿਖਾਉਂਦੇ ਜਾਵਾਂਗੇ। ਮਹਿਲ ਵੱਲ ਨੂੰ ਜਾਂਦੇ ਜਾਂਦੇ ਰਸਤੇ 'ਚ ਆਉਂਦਾ ਪਿੰਡ ਦਿਖਾਉਂਦੇ ਜਾਵਾਂਗੇ, ਜੋ ਸਦੀਆਂ ਪੁਰਾਣਾ ਰਾਜੇ ਦਾ ਪਿੰਡ ਆ, ਜੋ ਮਹਿਲ ਦੇ ਨਾਲ ਨਾਲ ਉੱਜੜ ਗਿਆ ਸੀ, ਹੁਣ ਮੁੜ ਦੁਬਾਰਾ ਵਸਣ ਲੱਗਾ ਆ। ਕਿਸੇ ਸਮੇਂ ਇਸ ਪਿੰਡ ਵਿੱਚ 2700 ਘਰ ਦੀ ਆਬਾਦੀ ਸੀ, ਜੋ ਹੁਣ ਗਿਣਤੀ ਦੇ ਕੁਝ ਘਰ ਹੀ ਰਹਿ ਗਏ ਆ। ਉਸ ਸਮੇਂ ਦੀਆਂ ਉੱਜੜੀਆਂ ਹੋਈਆਂ ਹਵੇਲੀਆਂ ਅਤੇ ਘਰ ਅੱਜ ਵੀ ਪਿੰਡ ਵਿੱਚ ਦੇਖਣ ਨੂੰ ਮਿਲਦੇ ਆ, ਜਿਨ੍ਹਾਂ ਨੂੰ ਦੇਖ ਹਰ ਕਿਸੇ ਨੂੰ ਰੋਣਾ ਅਤੇ ਰੱਬ ਯਾਦ ਆ ਜਾਏਗਾ। ਕਦੇ ਹਵੇਲੀਆਂ ਦੇ ਮਾਲਕਾਂ ਨੇ ਸੋਚਿਆ ਹੋਵੇਗਾ ਕਿ ਇਹ ਹਵੇਲੀਆਂ ਛੱਡ ਸਾਨੂੰ ਜਾਣਾ ਪਏਗਾ, ਜਿੱਥੇ ਕਦੇ ਰੌਣਕ ਮੇਲਾ ਅਤੇ ਬੱਚਿਆਂ ਦੀਆਂ ਕਲਕਾਰੀਆਂ ਗੂੰਜਦੀਆਂ ਸੀ। ਜੋ ਸਾਨੂੰ ਪਤਾ ਲੱਗਾ, ਉਸ ਸਮੇਂ ਦਾ ਸਮਾਨ ਵੀ ਘਰਾਂ ਵਿੱਚ ਉਸੇ ਤਰ੍ਹਾਂ ਹੀ ਪਿਆ ਹੋਇਆ ਆ। ਪਿੰਡ ਦੇ ਲੋਕਾਂ ਦੇ ਕਹਿਣ ਮੁਤਾਬਿਕ ਪਿੰਡ ਦੇ ਮਹਿਲ ਨੂੰ ਸ਼ਰਾਪ ਮਿਲਿਆ ਸੀ, ਜਿਸ ਕਾਰਨ ਇਹ ਸਭ ਉੱਜੜ ਗਏ। ਇਸ ਪਿੰਡ ਦੇ ਲੋਕ ਬਹੁਤ ਸ਼ਾਂਤ ਅਤੇ ਮਿਲਣਸਾਰ ਸੁਭਾਅ ਦੇ ਆ।
ਪਿੰਡ ਦੀ ਉਚਾਈ ਅਤੇ ਸ਼ੁੱਧ ਵਾਤਾਵਰਨ ਨੂੰ ਲਫ਼ਜ਼ਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਮੀਂਹ ਬਹੁਤ ਜ਼ਿਆਦਾ ਪੈ ਰਿਹਾ ਆ, ਅਸੀਂ ਫਿਰ ਵੀ ਤੁਹਾਨੂੰ ਰਿਸਕ ਲੈ ਕੇ ਉਜੜੇ ਹੋਏ ਬਰਾਨ ਘਰਾਂ ਵਿੱਚ ਲੈ ਕੇ ਜਾ ਰਹੇ ਹਾਂ। ਘਰਾਂ ਅੰਦਰ ਜੀਆ ਜੰਤ ਬਹੁਤ ਜ਼ਿਆਦਾ ਆ, ਕਿਉਂਕਿ ਸੰਘਣੇ ਜੰਗਲ ਦੇ ਵਿੱਚ ਪਿੰਡ ਵਸਿਆ ਹੋਇਆ ਆ। ਮੀਂਹ ਦੇ ਵਿੱਚ ਹਰ ਜੀ ਜੰਤ ਅਤੇ ਜਾਨਵਰ ਛੱਤ ਭਾਲਦੇ ਆ। ਤੁਸੀਂ ਹੁਣ ਅੰਦਾਜ਼ਾ ਲਾ ਸਕਦੇ ਆ ਇਹਨਾਂ ਹਵੇਲੀਆਂ ਅੰਦਰ ਜਾਣਾ ਕਿੰਨਾ ਜ਼ਿਆਦਾ ਖਤਰਨਾਕ ਆ। ਇਸ ਜੰਗਲ ਵਿੱਚ ਇਸ ਤਰ੍ਹਾਂ ਦੇ ਬਹੁਤ ਖੰਡਰ ਮਕਾਨ ਅਤੇ ਉਜੜੀਆਂ ਬਰਾਨ ਹਵੇਲੀਆਂ ਜੰਗਲਾਂ ਵਿੱਚ ਪਈਆਂ ਹੋਈਆਂ ਆ। ਸਮੇਂ ਦੀ ਪਾਬੰਦੀ ਅਤੇ ਮੀਂਹ ਦੇ ਕਾਰਨ ਹਵੇਲੀਆਂ ਦਿਖਾਉਣ ਵਿੱਚ ਮੁਸ਼ਕਲ ਆ ਸਕਦੀ ਆ, ਕਿਉਂਕਿ ਮਹਿਲ ਤੱਕ ਪਹੁੰਚਣ ਲਈ ਕਾਫੀ ਸਮੇਂ ਦੀ ਲੋੜ ਆ, ਤੁਸੀਂ ਸਮਝ ਸਕਦੇ ਹੋ। ਚਲੋ ਹੁਣ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰੀਏ ਅਤੇ ਪਿੰਡ ਅਤੇ ਮਹਿਲ ਬਾਰੇ ਪੂਰੀ ਜਾਣਕਾਰੀ ਲਈਏ। ਸਾਨੂੰ ਪਿੰਡ ਦੇ ਵਿੱਚ ਅੰਕਲ ਨੂੰ ਮਿਲੇ ਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਅਸੀਂ ਕਿਲੇ ਨੂੰ ਜਾ ਰਹੇ ਸੀਗੇ ਜੀ। ਹਾਂਜੀ। ਅਤੇ ਸਾਨੂੰ ਹੁਣ ਥੋੜ੍ਹਾ ਦੱਸ ਦਿਓ, ਅੱਗੇ ਜਾਂਦੇ ਜਾਂਦੇ ਤੁਹਾਨੂੰ ਪੁੱਛਦੇ ਜਾਈਏ ਕਿਲੇ ਬਾਰੇ। ਇੱਦਾਂ ਸਰ ਜੀ, ਇੱਥੇ ਨਾ 2700 ਘਰ ਸਾ ਜੀ। ਅੱਛਾ ਜੀ। ਸਾਰੀਆਂ ਬਰਾਦਰੀਆਂ ਦੀਆਂ ਜੀ। ਠੀਕ ਆ ਜੀ। ਅਤੇ ਸਾਡੇ ਜਿਹੜਾ ਮਹਿਲ ਹੈ ਨਾ ਜੀ, ਇਹ ਮਤਲਬ ਸੰਨ 1942 ਦੇ ਵਿੱਚ ਜਿਹੜਾ ਜੀ ਸਾਡੇ ਜਿਹੜੇ ਮਤਲਬ ਰਾਜਾ ਸਾਹਿਬ ਤੋਂ ਥੋੜ੍ਹਾ ਖੰਡਰ ਹੋ ਜਾਂਦੇ ਜੀ। ਓਕੇ। ਤੋਂ ਬਾਅਦ ਜੀ ਇੱਥੇ ਬੜਾ ਭਾਰਾ ਪਿੰਡ ਸਾਹਿਬ। ਉਸ ਤੋਂ ਬਾਅਦ ਲੋਕ ਨਾ ਇੱਥੇ ਫਿਰ ਮਤਲਬ ਪਤਾ ਨਹੀਂ ਵੀ ਕਿਹਾ ਜੇ ਕੋਟ ਵੀ ਪਏ ਵੀ ਲੋਕ ਸਭ ਪੂਰੇ ਪਰੇ, ਕੋਈ ਸ਼ਿਮਲਾ ਵੱਸ ਗਿਆ, ਕੋਈ ਕਿਤੇ ਵੱਸ ਗਿਆ। ਹੁਣ ਲੋਕਾਂ ਦਾ ਦੁਬਾਰਾ ਸੜਕ ਬਣਨੇ ਨਾਲ ਵਾਪਸੀ ਲੱਗੀ ਹੋਣਾ। ਬਾਕੀ ਇੱਥੇ ਸਾਰੀਆਂ ਬਰਾਦਰੀਆਂ ਹਨ, ਬਾਕੀ ਪੰਡਿਤ ਵੀ ਹਨ, ਬ੍ਰਾਹਮਣ ਵੀ ਹਨ, ਹਰੀਜਨ ਵੀ ਹਨ ਜੀ, ਸਾਰੀ ਕਾਸ਼ਤਾਂ ਵੀ ਮਤਲਬ ਟੋਟਲ ਕਾਸ਼ਤਾਂ ਇੱਥੇ ਹੈਗੀਆਂ। ਹੁਣ ਇਹਦੇ ਦੁਬਾਰਾ ਜਿਹੜੀ ਹੈ ਜੀ ਇੱਥੇ ਹੁਣ ਦੁਬਾਰਾ ਲੋਕ ਆਪਣੀ ਜ਼ਮੀਨਾਂ ਲੱਗੇ ਲੱਭਣਾ, ਤੋਂ ਹੁਣ ਬੱਸਣਾ ਲੱਗੇ, ਬੱਸਣ ਲੱਗਾ ਜੀ। ਹਾਂਜੀ ਹਾਂਜੀ। ਮਤਲਬ ਇੱਕ ਤਰ੍ਹਾਂ ਪਿੰਡ ਪਹਿਲਾਂ ਉੱਜੜ ਗਿਆ, ਬਿਲਕੁਲ ਖੰਡਰ ਹੋ ਗਿਆ। ਔਰ ਜਿਹੜੇ ਸਾਡੇ ਮਹਿਲ ਨੇ ਖੰਡਰ ਹੋ ਗਏ, ਇਹ ਦੇਖੋ ਜੀ ਰਾਜੇ ਦੀ ਪੌੜੀ ਹੈ ਜੀ, ਇਹ ਦੇਖੋ ਪਾਈਪ ਅੱਜ ਪਾਈ, ਅੱਜ ਵੀ ਉਹਨਾਂ ਦੀ ਪਾਈਪ ਉੱਥੋਂ ਉੱਪਰੋਂ ਧਾਰ ਤੋਂ ਪਾਣੀ ਆਉਂਦਾ ਜੀ। ਓਕੇ। ਪਾਣੀ ਆਉਂਦਾ, ਇਹ ਜਿਹੜਾ ਇਹ ਹੈ ਨਾ ਜੀ ਨਾਉਣ, ਇਹਦੇ 'ਚ ਪਾਣੀ ਪੈਂਦਾ ਜੀ ਰਾਜਿਆਂ ਟਾਈਮ ਦਾ। ਓਕੇ। ਇਹ ਸਰਾਂ ਰਾਜਿਆਂ ਟਾਈਮ ਦੀ, ਇਹ ਸਭ ਰਾਜਿਆਂ ਟਾਈਮ ਦਾ ਜੀ ਸਭ ਕੁਛ। ਇਹ ਟਿਆਲਾ ਰਾਜਿਆਂ ਟਾਈਮ ਦਾ ਜੀ, ਇਹ ਪੌੜੀ ਸੀ ਰਾਜਿਆਂ ਟਾਈਮ, ਇੱਥੇ ਗੇਰ ਸਾ ਜੀ, ਜਿਸ ਵੇਲੇ ਜੇ ਕੋਈ ਨਾ ਅਟੈਕ ਹੋਇਆ ਤਾਂ ਉਸ ਵੇਲੇ ਮਤਲਬ ਸਭ ਕੁਛ ਤਬਾਹ ਹੋ ਗਿਆ, ਖੰਡਰ ਹੋ ਗਿਆ, ਮਤਲਬ ਸਭ ਤੋਂ ਜ਼ਿਆਦਾ ਖੰਡਰ ਹੀ ਹੋ ਗਿਆ ਜੀ। ਬਹੁਤ ਵੱਡਾ ਪਿੰਡ ਸੀਗਾ, ਬੜਾ ਪਿੰਡ ਜੀ, 2700 ਘਰ ਸਾ ਇੱਥੇ, 800 ਦੁਕਾਨ ਸੀ ਜੀ। ਦੇਖ ਲਓ ਅੱਜ ਕੁਛ ਨਹੀਂ ਜੀ, ਅੱਜ ਤਾਂ ਖੰਡਰ ਬਣ ਗਿਆ ਕਹਿੰਦੇ ਜਗ੍ਹਾ, ਅੱਜ ਵੀ ਰਾਜਿਆਂ ਨਾਂ ਜੀ, ਰਾਜੇ ਦੇ ਨਾਂ। ਹਾਂਜੀ, ਰਾਜਿਆਂ ਨਾਂ ਜੀ ਹੈਗਾ ਜੀ, ਰਾਜੇ ਅੱਜ ਵੀ ਇੱਥੇ ਆਉਂਦੇ ਜਾਂਦੇ ਉਹਨਾਂ ਜਿਹੜੀ ਅਗਲੀ ਪੀੜ੍ਹੀ ਆ। ਉਹ ਕਹਿੰਦੇ ਸੀ ਉਸ ਟਾਈਮ ਸਾਡੇ ਬਜ਼ੁਰਗ ਸੁਣਾਉਂਦੇ ਸੀ ਵੀ ਇਹਨਾਂ ਨੂੰ ਕੁਛ ਸ਼ਰਾਬ ਦੇ ਗਿਆ। ਹਾਂਜੀ, ਕੋਈ ਨਾ ਦੇਖੋ ਗਿਆ ਕੰਮ, ਤੁਸੀਂ ਬਾਈ ਸ਼ਰਾਬ ਨੇ, ਕਿਉਂਕਿ ਮੈਂ ਇੰਨੀ ਲੰਬੀ ਚੌੜੀ ਗੇਮ 'ਚ ਨਹੀਂ ਜਾਣ ਦਿੰਦਾ। ਬਾਕੀ ਇੱਥੇ ਆਏ ਜੀ ਪੇ, ਉਹਨਾਂ ਨੇ ਦੇਖਿਆ ਮਹਿਲ ਪੇ, ਇਹਨੂੰ ਦੁਬਾਰਾ ਅਸੀਂ ਡਿਵੈਲਪ ਕਰਾਈਏ। ਅੱਜ ਵੀ ਉਹਨਾਂ ਦੀ ਨਿਸ਼ਾਨੀਆਂ ਬੜੀਆਂ ਜੀ, ਲੇਕਿਨ ਇਹ ਹੈ ਵੀ ਥੋੜ੍ਹਾ ਪਿੰਡ ਉਜੜ ਗਿਆ ਕਹਿੰਦਾ ਗਾਂ, ਤੁਹਾਨੂੰ ਪਤਾ ਜੀ ਸਮਾਂ ਰੋਜ਼ ਰੋਜ਼ ਚੇਂਜ ਹੁੰਦਾ ਗਿਆ, ਅਗਲੇ ਕੋਈ ਪਰਵਾਹ ਨਹੀਂ ਕਰਦੇ। ਪਰ ਚਲੋ ਹੁਣ ਉਹ ਕਹਿੰਦੇ ਵੀ ਅਸੀਂ ਇੱਥੇ ਕਮਰੇ ਬਣਾਉਣੇ ਨਾ, ਅਸੀਂ ਆਪਣੇ ਜ਼ਿਆਦਾਤਰ ਜਿਹੜੀ ਯੋਗ ਸਾਹਮਣੇ ਸਾਨੂੰ ਮਤਲਬ ਲੜਾਕੀ ਨਹੀਂ ਹੈ ਇੱਥੇ, ਤੁਸੀਂ ਸਮਾਨ ਇਹ ਤੁਹਾਡੀ ਚੀਜ਼ ਇੱਥੇ ਪਈ ਰਹੇਗੀ ਤੇ ਤੁਹਾਨੂੰ ਇੱਥੇ ਮਿਲੇਗੀ। ਤੁਸੀਂ ਦੇਖ ਲਓ ਜੀ ਕਿੱਥੇ ਪਹਾੜੀ ਕਿੰਨੀ ਉੱਚੀ ਆ ਨਾ, ਬੜੀ ਉੱਚੀ ਆ ਜੀ। ਤੁਸੀਂ ਉੱਪਰ ਮਹਿਲਾਂ ਜਾਗੇ ਉਹਦਾ ਇਸੇ ਤਰਕੂਣੀ ਇੱਦਾਂ ਦੀ ਹੈ, ਤੁਸੀਂ ਰਾਮ ਨੂੰ ਇਹਨਾਂ ਦੇਖੇ ਵੀ ਇਹ ਕਿਸ ਸਮੇਂ ਦੀ ਕਿਆ ਚੀਜ਼ ਹੈ। ਦੇਖੋ ਹੁਸ਼ਿਆਰਪੁਰ ਤੋਂ ਮੇਰੇ ਖਿਆਲ 60-70 ਕਿਲੋਮੀਟਰ ਆ। ਹਾਂਜੀ। ਤੁਸੀਂ ਦੇਖ ਲਓ ਕਿ ਇੰਨੀ ਉੱਚੀ ਪਹਾੜੀ ਤੇ ਪਿੰਡ ਅੱਜ ਵਸਿਆ ਹੋਇਆ, ਸਾਹਮਣੇ ਜਿਹੜਾ ਘਰ ਆ। ਹਾਂਜੀ, ਜੰਗਲ ਦੇ ਵਿੱਚ ਦੇਖ ਲਓ ਕਿੱਦਾਂ ਇਹਨਾਂ ਲੱਗਦਾ ਪਿਆ ਨੇ, ਟੁੱਟ ਜੰਗਲ ਹੈ ਜੀ, ਜੰਗਲ ਆ। ਠੀਕ ਆ ਜੀ। ਹਾਂਜੀ, ਧੰਨਵਾਦ ਜੀ। ਜੋ ਸਾਹਮਣੇ ਤੁਸੀਂ ਬੋਰਡ ਦੇਖ ਰਹੇ ਹੋ, ਬਹੁਤ ਪੁਰਾਣਾ ਬੋਰਡ ਆ। ਇਸ ਤਰ੍ਹਾਂ ਦੇ 12 ਬੋਰਡ ਅਤੇ ਪਿੱਪਲ ਰਾਜੇ ਨੇ ਆਪਣੇ ਹੱਥਾਂ ਨਾਲ ਲਾਏ ਸੀ। ਪੁੱਜ ਗਿਆ ਚੱਲ ਜੀ, ਵਧੀਆ ਜੀ। ਕਿੱਧਰੋਂ ਆਏ? ਦੁੱਧ ਦੇ ਕੇ ਆਇਆ। ਦੁੱਧ ਦੇ ਕੇ ਆਏ, ਠੀਕ ਆ। ਅਸੀਂ ਜਾ ਰਹੇ ਕਿਲੇ,
ਤੇ ਦੇਖਿਆ ਜੀ ਜਾ ਕੇ ਅਸੀਂ? ਬਿਲਕੁਲ ਜ਼ਰੂਰ ਦੇਖਣ ਵਾਲੀ ਚੀਜ਼। ਬਹੁਤ ਪੁਰਾਣਾ ਕਿਲਾ ਜੀ? ਕਹਿੰਦੇ ਬਹੁਤ ਜੀ ਪੁਰਾਣਾ। ਆਏ ਕਿਹੜੀ ਜਗ੍ਹਾ ਨੂੰ? ਅਸੀਂ ਹੁਸ਼ਿਆਰਪੁਰ ਤੋਂ ਜੀ। ਅਤੇ ਦੱਸੋ ਸਾਨੂੰ ਕਿਲੇ ਬਾਰੇ ਕੁਛ। ਇਹ ਰਾਜੇ ਖਾਨਦਾਨ ਹੁਸ਼ਿਆਰਪੁਰ ਦਾ ਘਰ ਹੈ। ਅੱਛਾ ਜੀ, ਤੁਸੀਂ ਦੱਸੋ ਕਿਲੇ ਬਾਰੇ ਜੋ ਤੁਹਾਨੂੰ ਪਤਾ ਹੈ ਜੀ। ਹਵਾ ਇੱਦਾਂ ਦੀ ਹੈ ਨਾ ਇੱਥੇ, ਕੋਈ ਪੱਖੇ ਦੀ ਲੋੜ ਨਹੀਂ। ਸਵਰਗ 'ਚ ਹੀ ਰਹਿੰਦੇ ਤੁਸੀਂ? ਸਵਰਗ 'ਚ ਹੀ ਰਹਿੰਦੇ। ਦਿਲ ਲੱਗਦਾ ਪੂਰਾ ਜੀ? ਬਹੁਤ ਅੱਛਾ ਆਣ ਹੁੰਦਾ ਰਾਜੇ ਦੇ ਰਿਆਸ ਨਾਲ ਦਿਲ ਨਾਲ ਲੱਗਿਆ। ਬਹੁਤ ਅੱਛਾ ਖਾਨਦਾਨ ਹੈ। ਮੈਂ 24 ਨਾਲ 3 ਮਰਲੇ ਜਗ੍ਹਾ ਦਿੱਤੀ, ਉਹਨਾਂ 3 ਬੰਦੇ ਸੀਗੇ, ਇੱਕ ਇੱਕ ਮਰਲਾ ਫ੍ਰੀ ਦਿੱਤੀ। ਅੱਛਾ ਜੀ। ਇੱਦਾਂ ਦਾ ਖਾਨਦਾਨ ਮੈਂ ਦੇਖਿਆ ਅਤੇ ਫ੍ਰੀ ਵੀ ਦਿੰਦਾ ਰਾਜਾ ਖਾਨਦਾਨ ਇੱਦਾਂ ਦਾ ਹੁਸ਼ਿਆਰਪੁਰ ਦੇ। ਅੱਛਾ ਜੀ, ਪਿੰਡ ਦਾ ਕੀ ਕਰਨਾ? ਕਿਸੇ ਸਮੇਂ ਕਹਿੰਦੇ ਬਹੁਤ ਵੱਡਾ ਪਿੰਡ ਸੀ ਜਿਹੜਾ ਅੱਜ ਉੱਜੜੀ ਗਿਆ, ਮਤਲਬ ਘੱਟ ਘਰ ਰਹਿ ਗਏ। ਹੁਣ ਤਾਂ ਬਹੁਤ ਰੱਬ ਦਾ ਸ਼ੁਕਰ ਹਟ ਕੇ ਫਿਰ ਬਸਿਆ ਕਰਦੇ। ਅੱਛਾ ਜੀ। ਉੱਦਾਂ ਉੱਜੜ ਗਏ ਸੀ, ਪਹਿਲਾਂ ਉੱਜੜ ਗਏ ਸੀ, ਸਾਫ ਮੁੱਕ ਹੀ ਗਿਆ ਤਾਂ ਲੇਖਾ। ਠੀਕ ਹੈ ਜੀ। ਆਪਾਂ ਹੁਣ ਇਹ ਹੈ ਕਿ ਬਹੁਤ ਰੱਬ ਦਾ ਸ਼ੁਕਰ ਹੈ, ਮਨ ਸਾਡਾ ਖੁਸ਼ ਹੈ ਕਿ ਹਟ ਕੇ ਫਿਰ ਲੱਗ ਪਏ ਲੋਕ ਬਸਣ ਤੋਂ, ਸ਼ਿਮਲਾ ਰਹਿੰਦੇ, ਚੰਡੀਗੜ੍ਹ ਰਹਿੰਦੇ, ਸਭ ਮਕਾਨ ਪਾ ਗਏ, ਆ ਗਏ ਨਾ ਜੀ, ਕੋਠੀਆਂ ਪਾਇਆ ਕਰਦੇ। ਇੰਨੀ ਸੋਹਣੀ ਜਗ੍ਹਾ ਹੈ ਜੀ, ਹਰ ਕੋਈ ਚਾਹੂਗਾ। ਇੰਨੀ ਸੁੰਦਰ ਜਗ੍ਹਾ 'ਚ ਹਰ ਕੋਈ ਰਹਿਣਾ ਚਾਹੁੰਦਾ। ਹਾਈਟ ਬਹੁਤ ਆ ਜੀ, ਪਿੰਡ ਦੀ ਹਾਈਟ ਬਹੁਤ ਅਸੀਂ ਦੇਖਿਆ ਜੀ। ਜਿੰਨੀ ਹਾਈਟ ਹੈ ਇੰਨੀ ਹਾਈਟ ਹੋਰ ਹੈ, ਇੰਨੇ ਵਾਤਾਵਰਨ ਬੜਾ ਅੱਛਾ ਹੈ ਹੀ ਨਹੀਂ ਕਿਤੇ ਵੀ। ਸਹੀ ਗੱਲ ਹੈ, ਉਹ ਵੀ ਮਤਲਬ ਪੰਜਾਬ ਤੋਂ ਇੰਨੇ ਲੱਗੇ ਹੁਸ਼ਿਆਰਪੁਰ ਤੋਂ, ਇੰਨੀ ਉੱਚੀ ਪਹਾੜੀ 'ਤੇ ਪਿੰਡ ਵਸਿਆ ਜੀ। ਸਹੀ ਗੱਲ ਆ। ਅਤੇ ਵੈਸੇ ਤੁਸੀਂ ਸਾਨੂੰ ਦੱਸੋ ਜੀ, ਕੀ ਕਾਰਨ ਸੀ ਲੋਕ ਇੱਥੋਂ ਛੱਡ ਕੇ, ਜਿਹੜਾ ਮਤਲਬ ਇੱਕ ਤਰ੍ਹਾਂ ਉੱਜੜਿਆ ਪਹਿਲਾਂ, ਕੀ ਕਾਰਨ ਸੀ ਪਹਿਲਾਂ? ਕੋਈ ਰੱਬ ਦੀ ਰਜ਼ਾ ਹੋ, ਗੁਹਾ ਕਿਸੇ ਨੇ ਉਜਾੜਿਆ ਨਹੀਂ। ਰੱਬ ਦੀ ਰਜ਼ਾ 'ਚ ਜਿਹੜੀ ਗੱਲ ਆ ਜਾਏ ਨਾ, ਉਹਨੂੰ ਰੋਕ ਕੋਈ ਨਹੀਂ ਸਕਦਾ। ਹੋ ਸਕਦਾ ਕੋਈ ਕਦੀ ਕੋਈ ਗਲਤੀ ਵੀ ਹੋ ਸਕਦੀ, ਉਹਨਾਂ 'ਤੇ ਵੀ ਹੋ ਸਕਦੀ ਹੈ, ਮੇਰੇ 'ਤੇ ਵੀ ਹੋ ਸਕਦੀ ਹੈ, ਕਿਸੇ ਤੋਂ ਵੀ ਹੋ ਸਕਦੀ, ਤੁਹਾਡੇ 'ਤੇ ਵੀ ਹੋ ਸਕਦੀ ਹੈ। ਪਰ ਗੱਲ ਇਹ ਹੈ ਵੀ ਉੱਦਾਂ ਉਹ ਰੱਬ ਦੇ ਰਹਿਮ ਨਾਲ ਹੀ ਹੋਇਆ ਜੋ ਵੀ ਕੁਛ ਹੋਇਆ। ਬੰਦਾ ਉਹਾਂ ਭੁੱਲਣਹਾਰ ਹੈ ਹਰ ਕੋਈ, ਪੱਕੀ ਸੱਚੀ ਗੱਲ ਦੱਸਦਾ ਤੈਨੂੰ, ਹਰ ਬੰਦਾ ਭੁੱਲਣਹਾਰ ਹੈ। ਗਲਤੀ ਜਿਸ ਵੇਲੇ ਹੁੰਦੀ ਹੈ ਦਿਲ 'ਤੇ ਮਹਿਸੂਸ ਤਾਂ ਨਹੀਂ ਕਰਦਾ। ਆਪਾਂ ਜਿੱਥੇ ਤੱਕ ਗੱਲ ਪੁੱਜ ਗਈ ਵੀ ਪੂਰੇ ਪਿੰਡ ਹੀ ਲਾ ਪਿਆ ਇਹ ਹੋਣ, ਤਾਂ ਇਸ ਕਰਕੇ ਦੁੱਖ ਹੁੰਦਾ ਦਿਲ ਨਾਲ। ਚਲੋ ਬਸੇ ਰਹਿਣ, ਸਾਰੇ ਬਸੇ ਰਹਿਣ, ਇਹ ਵਾਸੀ ਨਾਲ ਹੀ ਭਾਗ ਹੈ ਅੱਗੇ। ਉਹ ਤਾਂ ਹੈਗੀ ਜੀ, ਸਹੀ ਗੱਲ। ਮਹਾਰਾਜਾ ਰਣਜੀਤ ਸਿੰਘ ਦਾ ਵੀ ਰਿਹਾ ਇੱਥੇ ਕਾਫੀ ਟਾਈਮ ਰਾਜ, ਬਹੁਤ ਚਾ ਬਹੁਤ ਚਿਰ। ਇੱਕ ਸਾਨੂੰ ਦੱਸੋ ਜੀ, ਜਿੱਦਾਂ ਅਸੀਂ ਦੇਖਿਆ ਰਸਤੇ ਦੇ ਵਿੱਚ ਖੰਡਰ ਪਏ ਹੋਏ ਕਿਲੇ ਦੇ ਪਾਠ, ਕਈ ਹਿੱਸੇ ਪਏ ਹੋਏ ਕਿਲੇ ਦੇ, ਬਹੁਤ ਵੱਡਾ ਕਿਲਾ ਸੀ ਇਹਦਾ ਜੀ। ਇਹ ਦਰਵਾਜੇ ਦੇ ਨਾ ਉਸ ਵੇਲੇ ਅੰਗਰੇਜ਼ਾਂ ਨਾਲ ਫੌਜਦਾਰੀ ਜੰਗ ਹੋਇਆ ਨਾ, ਅਤੇ ਕੱਢੇ ਸੀਗੇ ਉਸ ਵੇਲੇ, ਫਿਰ ਤੋਪਾਂ ਨਾਲ ਪਏ ਹੋਏ ਇਹਨਾਂ ਡਾਈ। ਚਲੋ ਕਾਫੀ ਵਧੀਆ ਦੱਸਿਆ ਤੁਸੀਂ, ਹਾਂਜੀ, ਰੂਹ ਖੁਸ਼ ਹੋ ਗਈ ਤੁਹਾਡੇ ਨਾਲ ਗੱਲਬਾਤ ਕਰਕੇ। ਗੱਲ ਹੈ ਨਾ, ਸਾਡੀ ਵੀ ਰੂਹ ਜਦੋਂ ਬੰਦੇ ਆਉਂਦੇ ਖੁਸ਼ੀ ਹੁੰਦੀ ਹੈ, ਇਹ ਇੱਕ ਸਾਡਾ ਭਾਵਨਾ ਹੈ, ਦਿਲ ਦੀ ਭਾਵਨਾ ਹੈ। ਸਹੀ ਗੱਲ ਕਿ ਚਲੋ ਮਿਲੇ, ਦੇਖੋ ਤੁਸੀਂ ਹਜ਼ਾਰ ਬੰਦੇ, ਮੈਂ ਇੱਥੇ ਦਾ ਰਹਿਣਾ। ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਕੇ ਅਸੀਂ ਹੁਣ ਮਹਿਲ ਵੱਲ ਨੂੰ ਚੱਲ ਪਏ ਹਾਂ। ਰਸਤੇ ਦਾ ਦ੍ਰਿਸ਼ ਤੁਸੀਂ ਦੇਖ ਸਕਦੇ ਹੋ, ਰਸਤਾ ਬਹੁਤ ਪਥਰੀਲਾ ਅਤੇ ਸੰਘਣੀਆਂ ਝਾੜੀਆਂ ਨਾਲ ਘਿਰਿਆ ਹੋਇਆ ਆ। ਪਿੰਡ ਵਾਲਿਆਂ ਦੀਆਂ ਗੱਲਾਂ ਮੁਤਾਬਕ ਉਸ ਸਮੇਂ ਦਾ ਸ਼ਾਨਦਾਰ ਮਹਿਲ ਅੱਜ ਵੀ ਸ਼ਰਾਬ ਝੇਲ ਰਿਹਾ ਆ। ਤੁਸੀਂ ਸਾਹਮਣੇ ਪਹਾੜੀ ਦੀ ਚੋਟੀ ਉੱਪਰ ਮਹਿਲ ਦੇਖ ਸਕਦੇ ਹੋ, ਜਿਸ ਦਾ ਖੇਤਰਫਲ ਬਹੁਤ ਵੱਡਾ ਆ, ਜਿਸ ਨੂੰ ਦਿਖਾਲਣ ਲਈ ਕਾਫੀ ਸਮਾਂ ਲੱਗ ਸਕਦਾ ਆ। ਚਲੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮਹਿਲ ਦੇ ਇਤਿਹਾਸ ਬਾਰੇ ਜਾਣੂ ਕਰਵਾਵਾਂ। ਜਸਵਾਨ ਮਹਿਲ ਦੀ ਉਸਾਰੀ 1170 ਵਿੱਚ ਕਾਂਗੜਾ ਦੇ ਸ਼ਾਹੀ ਪਰਿਵਾਰ ਕਟੋਚ ਵੰਸ਼ ਦੇ ਕੈਡਿਟ ਰਾਜਾ ਪੂਰਨ ਚੰਦ ਨੇ ਕੀਤੀ ਸੀ। ਇਹਨਾਂ ਤੋਂ ਬਾਅਦ ਇਹ ਮਹਿਲ ਦੇ ਵਿੱਚ ਇਹਨਾਂ ਦੀਆਂ ਪੀੜ੍ਹੀਆਂ ਨੇ ਰਾਜ ਕੀਤਾ। ਸੰਨ 1800 ਵਿੱਚ ਇਸ ਦਾ ਰਾਜ ਅਮੇਦ ਸਿੰਘ ਜੀ ਕੋਲ ਆਇਆ,
ਜਿਨ੍ਹਾਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਸੀ। ਸੰਨ 1815 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੀ ਸਾਰੀ ਉਪਲਬਧ ਸੈਨਾਵਾਂ ਨੂੰ ਸਿਆਲਕੋਟ ਵਿੱਚ ਇਕੱਠੇ ਹੋਣ ਦੇ ਸੰਮਣ ਜਾਰੀ ਕੀਤੇ। ਉਸ ਸੰਮਣ ਦਾ ਪਾਲਣ ਕਰਨ ਵਿੱਚ ਰਾਜਾ ਅਮੇਧ ਸਿੰਘ ਅਸਫਲ ਰਹੇ ਅਤੇ ਸਿੱਖ ਸਮਰਾਟ ਨੇ ਇਹਨਾਂ ਦੇ ਹੁਕਮ ਅਦੁੱਲੀ ਦੇ ਦੋਸ਼ ਵਿੱਚ ਇਹਨਾਂ ਦੀ ਸਾਲਾਨਾ ਕਮਾਈ ਤੋਂ ਵੱਧ ਰਾਸ਼ੀ ਦਾ ਜੁਰਮਾਨਾ ਲਗਾਇਆ ਅਤੇ ਇਹਨਾਂ ਨੂੰ ਸਿੱਖ ਸਮਰਾਟ ਲਈ ਆਪਣਾ ਮਹਿਲ ਵੀ ਛੱਡਣਾ ਪਿਆ। ਪਰ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਮੇਧ ਸਿੰਘ ਨੂੰ 21 ਪਿੰਡਾਂ ਦੀ ਜਗੀਰਦਾਰੀ ਅਤੇ 12,000 ਰੁਪਏ ਸਾਲਾਨਾ ਦੀ ਤਨਖਾਹ ਲਗਾਈ, ਜੋ ਅਮੇਧ ਸਿੰਘ ਨੂੰ ਕਬੂਲ ਕਰਨੀ ਪਈ। ਸੰਨ 1848 ਵਿੱਚ ਅਮੇਧ ਸਿੰਘ ਨੇ ਅੰਗਰੇਜ਼ਾਂ ਦੇ ਖਿਲਾਫ ਇੱਕ ਅਸਫਲ ਵਿਦਰੋਹ ਵਿੱਚ ਸਿੱਖਾਂ ਦਾ ਸਾਥ ਦਿੱਤਾ ਅਤੇ ਉਹ ਲੜਾਈ ਹਾਰਨ ਤੋਂ ਬਾਅਦ ਅੰਗਰੇਜ਼ਾਂ ਨੇ ਇਹਨਾਂ ਦੇ ਸਾਰੇ ਮਹਿਲ ਲੁੱਟ ਲਏ ਅਤੇ ਉਹਨਾਂ ਨੂੰ ਤੋਪਾਂ ਨਾਲ ਅੜਾ ਕੇ ਜ਼ਮੀਨ ਦੋਸ਼ ਕਰ ਦਿੱਤਾ ਅਤੇ ਅਮੇਧ ਸਿੰਘ ਨੂੰ ਸਜ਼ਾ ਦੇ ਕੇ ਅਲਮੋੜਾ ਭੇਜ ਦਿੱਤਾ ਅਤੇ ਉਹਨਾਂ ਦੀ ਸਾਰੀ ਜ਼ਮੀਨਾਂ 'ਤੇ ਕਬਜ਼ੇ ਕਰ ਲਏ। ਸਜ਼ਾ ਦੇ ਦੌਰਾਨ 1849 ਵਿੱਚ ਅਮੇਧ ਸਿੰਘ ਦੀ ਮੌਤ ਹੋ ਗਈ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ 1877 ਵਿੱਚ ਜਸਬਾਨ ਵਿੱਚ ਜਗੀਰ, ਰਾਜਪੁਰਾ ਅਤੇ ਅੰਬ ਵਿੱਚ ਹੋਰ ਵੀ ਕਈ ਪੁਰਾਣੀਆਂ ਸੰਪੱਤੀਆਂ ਦੇ ਨਾਲ ਅਮੇਧ ਸਿੰਘ ਦੇ ਪੋਤੇ ਰਣ ਸਿੰਘ ਨੂੰ ਬਹਾਲ ਕਰ ਦਿੱਤੀ ਗਈ। ਇਹ ਮਹਿਲ ਨੂੰ ਇੱਕ ਪੁਰਾਣਾ ਸ਼ਰਾਪ ਵੀ ਦਿੱਤਾ ਗਿਆ ਸੀ। ਪਿੰਡ ਵਾਲਿਆਂ ਮੁਤਾਬਕ ਉਸੇ ਸ਼ਰਾਪ ਕਾਰਨ ਇਹ ਮਹਿਲ ਉੱਜੜ ਗਿਆ ਅਤੇ ਉਸਦੇ ਨਾਲ ਨਾਲ ਹੀ ਉੱਜੜਿਆ 2700 ਘਰਾਂ ਵਾਲਾ ਇੱਕ ਵੱਡਾ ਪਿੰਡ। ਤੁਸੀਂ ਅੱਜ ਵੀ ਇਸ ਪਿੰਡ ਵਿੱਚ ਖੰਡਰ ਹੋਏ ਘਰ ਵੇਖ ਲਏ ਆ, ਜਿਨ੍ਹਾਂ ਨੂੰ ਵੇਖ ਤੁਹਾਡੇ ਰੋਂਗਟੇ ਖੜ੍ਹੇ ਹੋ ਜਾਣਗੇ। ਇਤਿਹਾਸ ਦਾ ਇਹ ਸਭ ਤੋਂ ਵੱਡਾ ਮਹਿਲ, ਜਿਸ ਦੇ ਵਿੱਚ 150 ਤੋਂ ਵੱਧ ਕਮਰੇ ਸਨ, ਹਲਕੇ ਕਿਲੇ ਦਾ ਕੁਝ ਹਿੱਸਾ ਢਹਿ ਕੇ ਖੰਡਿਤ ਹੋ ਗਿਆ ਆ, ਪਰ ਫਿਰ ਵੀ ਮਹਿਲ ਬਹੁਤ ਵੱਡਾ ਆ, ਜਿਹਨੂੰ ਦਿਖਾਉਣਾ ਬਹੁਤ ਮੁਸ਼ਕਲ ਆ। ਅਸੀਂ ਤੁਹਾਨੂੰ ਕਿਲੇ ਦਾ ਪੂਰਾ ਇਤਿਹਾਸ ਦੱਸ ਦਿੱਤਾ ਆ। ਕਿਲ੍ਹਾ ਬਹੁਤ ਵੱਡਾ ਹੋਣ ਕਰਕੇ ਅਸੀਂ ਤੁਹਾਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਤੁਸੀਂ ਖੁਦ ਉਸ ਸਮੇਂ ਦੇ ਕਾਰੀਗਰਾਂ ਦੁਆਰਾ ਘੜ ਕੇ ਬਣਾਈਆਂ ਵਾਸਤੂ ਕਲਾਵਾਂ ਅਤੇ ਪੱਥਰ ਨੂੰ ਤਰਾਸ ਕੇ ਬਣਾਈਆਂ ਚਿੱਤਰਕਾਰੀਆਂ ਦੇਖ ਸਕਦੇ ਹੋ, ਉਸ ਸਮੇਂ ਨੂੰ ਮਹਿਸੂਸ ਕਰ ਸਕਦੇ ਹੋ। ਇਸ ਸਮੇਂ ਮੀਂਹ ਅਤੇ ਹਨੇਰੀ ਕਾਰਨ ਮਹਿਲ ਦਾ ਦ੍ਰਿਸ਼ ਇੱਕ ਵੱਖਰਾ ਹੀ ਰੂਪ ਧਾਰਨ ਕਰ ਚੁੱਕਾ ਆ। ਇਸ ਦਾ ਅਨੁਮਾਨ ਤੁਸੀਂ ਅੱਗੇ ਮਹਿਲ ਦੇਖ ਕੇ ਖੁਦ ਲਗਾ ਸਕਦੇ ਹੋ।
ਚੁੱਪ ਚੁੱਪ ਹੁਣ ਕਰਦੇ ਹਾਂ ਵੀਡੀਓ ਦੀ ਸਮਾਪਤੀ। ਆਸ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ। ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ। ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਜਿਹੜੇ ਭਰਾ ਭੈਣ ਸਾਡੇ ਚੈਨਲ 'ਤੇ ਨਵੇਂ ਆਉਣ ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ। ਬਾਕੀ ਤੁਸੀਂ ਦੇਖ ਲਿਆ ਕਿੰਨਾ ਖਤਰਨਾਕ ਰਸਤਾ ਸੀ ਜਿਹਨੂੰ ਅਸੀਂ ਲੰਘਦੇ ਹੋਏ ਕਿਲੇ ਤੱਕ ਪਹੁੰਚੇ ਹਾਂ। ਚਲੋ ਹੁਣ ਚੱਲਦੇ ਹਾਂ। ਧੰਨਵਾਦ।